ਡਾਕਟਰ ਨਰਿੰਦਰ ਸਿੰਘ ਕਪੂਰ ਦਾ ਵਿਸ਼ਾ ਹੈ ਅਵਚੇਤਨ ਦੀ ਸ਼ਕਤੀ ਮਨ ਦੀ ਢੋਂਗਾਈ ਜਾਂ ਡੁੰਗੇ ਮਨ ਨੂੰ ਅਵਚੇਤਨ ਕਹਿੰਦੇ ਹਨ ਇਸੇ ਨੂੰ ਅੰਦਰਲੀ ਸ਼ਕਤੀ ਰੂਹਾਨੀ ਸ਼ਕਤੀ ਜਾਂ ਮਨ ਦੀ ਸ਼ਕਤੀ ਵੀ ਕਿਹਾ ਜਾਂਦਾ ਹੈ ਸਾਡਾ ਸਭ ਦਾ ਇੱਕ ਸਾਂਝਾ ਨਸਲੀ ਮਨ ਹੁੰਦਾ ਹੈ ਸਾਰੇ ਮਨੁੱਖੀ ਨਸਲ ਦਾ ਸਾਂਝਾ ਮਨ ਇਹ ਲੱਖਾਂ ਕਰੋੜਾਂ ਸਾਲਾਂ ਚ ਉਸਰਿਆ ਹੈ ਤੇ ਇਸ ਚ ਸਾਰੀ ਮਾਨਵ ਜਾਤੀ ਦੇ ਸਾਰੇ ਅਨੁਭਵ ਸਾਰੇ ਸੰਸੇ ਸਾਰੇ ਡਰ ਅਸਾਂ ਉਮੀਦਾਂ ਦਸਤੀਆਂ ਹਨ ਇਹ ਸਮੁੱਚੀ ਮਨੁੱਖੀ ਜਾਤੀ ਦਾ ਸਾਂਝਾ ਅਵਚੇਤਨ ਹੈ ਇਹ ਬੜਾ ਵਿਸ਼ਾਲ ਤੇ ਡੂੰਘਾ ਹੁੰਦਾ ਹੈ ਹਰੇਕ ਵਿਅਕਤੀ ਦਾ ਇੱਕ ਵਿਅਕਤੀਗਤ ਮਨ ਵੀ ਹੁੰਦਾ ਜਿਸ ਨਾਲ ਅਸੀਂ ਨਿੱਤਾਂ ਪ੍ਰਤੀ ਦਿਨ ਨਿੱਜੀ ਪਰਵਾਰਕ ਸਮਾਜਿਕ ਆਰਥਿਕ ਸਮੱਸਿਆਵਾਂ ਸੋਚਦੇ ਤੇ ਸੁਲਝਾਉਂਦੇ ਆ ਇਹਨੂੰ ਚੇਤਨ ਮਨ ਕਹਿੰਦੇ ਹਨ ਸਧਾਰਨ ਮਨੁੱਖਾਂ ਤੇ ਮਹਾਪੁਰਸ਼ਾਂ ਕਲਾਕਾਰਾਂ ਕਵੀਆਂ ਚਿੱਤਰਕਾਰਾਂ ਚਿੰਤਕਾਂ ਵਿਗਿਆਨੀਆਂ ਆਦਿ ਵਿੱਚ ਅੰਤਰ ਹੀ ਹੁੰਦਾ ਹੈ ਕਿ ਵਧੇਰੇ ਕਰਕੇ ਸਧਾਰਨ ਲੋਕ ਚੇਤਨਮਨ ਹੀ ਵਰਤਦੇ ਹਨ ਜਦਕਿ ਮਹਾਪੁਰਸ਼ਾਂ ਦੀ ਅਵਚੇਤਨ ਸ਼ਕਤੀ ਵੀ ਬੜੀ ਬਲਵਾਨ ਹੁੰਦੀ ਹੈ ਮਨੁੱਖ ਦੇ ਅੰਦਰ अनेका ਬੂਹੇ ਬਾਰੀਆਂ ਚਰੋਖੇ ਤੇ ਦਰਵਾਜ਼ੇ ਹਨ ਜਿਹੜੇ ਖੁੱਲਦੇ ਤੇ ਬੰਦ ਹੁੰਦੇ ਰਹਿੰਦੇ ਹਨ ਅਵਚੇਤਨ ਦੇ ਨਿਯਮ ਵਿਸ਼ਵਵਿਆਪੀ ਹਨ ਇਹਨਾਂ ਨਿਯਮਾਂ ਨੂੰ ਸਮਝਣ ਦੀ ਲੋੜ ਹੈ ਸਾਡੇ ਜੀਵਨ ਨੂੰ ਸਾਡੇ ਅਵਚੇਤਨ 'ਚ ਬੈਠੇ ਵਿਸ਼ਵਾਸ ਚਲਾਉਂਦੇ ਹਨ ਸਾਡੀ ਸੋਚ ਤੇ ਸਾਡੇ ਤਰਕ ਵੀ ਸਾਡੇ ਵਿਸ਼ਵਾਸਾਂ ਦੇ ਸਿਰ ਜੀ ਹੁੰਦੇ ਹਨ ਮਨ ਵਿੱਚ ਬੈਠੇ ਪੱਕੇ ਵਿਚਾਰਾਂ ਨੂੰ ਹੀ ਵਿਸ਼ਵਾਸ ਕਹਿੰਦੇ ਹਨ ਮਹਾਨ ਸੋਚਾਂ ਤੇ ਅਨੁਭਵਾਂ ਨੇ ਮਨ ਦੀ ਸ਼ਕਤੀ ਉਸਾਰੀ ਹੈ ਇਸ ਸ਼ਕਤੀ ਨਾਲ ਮਨ ਨੇ ਵਿਕਾਸ ਕੀਤਾ ਤੇ ਇਸ ਵਿਕਾਸ ਨਾਲ ਅਵਚੇਤਨ ਡੂੰਘਾ ਤੇ ਵਿਸ਼ਾਲ ਹੋਇਆ ਸਾਨੂੰ ਸਰੀਰ ਦੀਆਂ ਅੱਖਾਂ ਵਰਤਨ ਦੀ ਜਾਂਚ ਦੀ ਆਦਤ ਹੈ ਮੰਦ ਦੀਆਂ ਅੱਖਾਂ ਕੋਈ ਕੋਈ ਵਰਤਦਾ ਹੈ ਮੰਦ ਦੀਆਂ ਅੱਖਾਂ ਕੁਝ ਹੋਰ ਹੀ ਵੇਖਦੀਆਂ ਹਨ ਇਹਨਾਂ ਨੂੰ ਜੋ ਦਿਸਦਾ ਹੈ ਉਹ ਸਧਾਰਨ ਨਹੀਂ ਅਨੋਖਾ ਤੇ ਨਿਆਰਾ ਹੁੰਦਾ ਹੈ ਅਬ ਚੇਤਨ ਦੇ ਪੱਖੋਂ ਮਨੁੱਖ ਦੋ ਪ੍ਰਕਾਰ ਦੇ ਹੁੰਦੇ ਹਨ ਜਾਗੇ ਹੋਏ ਤੇ ਸੁੱਤੇ ਹੋਏ ਸੁੱਤੇ ਹੋਏ ਡਰ ਭੈ ਤੇ ਸੰਸਿਆ ਦਾ ਸ਼ਿਕਾਰ ਹੁੰਦੇ ਹਨ ਇਹਨਾਂ ਦੀਆਂ ਚਿੰਤਾਵਾਂ ਇਹਨਾਂ ਨੂੰ ਵਿਕਾਸ ਨਹੀਂ ਕਰਨ ਦਿੰਦੀਆਂ ਜਾਗੇ ਹੋਏ ਵਿਅਕਤੀ ਚੁੰਮਕ ਵਾਂਗ ਹੁੰਦੇ ਹਨ ਜਾਗੇ ਹੋਏ ਲੋਹੇ ਨੂੰ ਹੀ ਚੁੰਮਕ ਕਹਿੰਦੇ ਹਨ ਚੁੰਬਕ ਆਪਣੇ ਭਾਰ ਨਾਲੋਂ 12 ਗੁਣਾ ਵੱਧ ਭਾਰ ਚੁੱਕ ਤੇ ਖਿੱਚ ਸਕਦਾ ਹੈ ਜਦੋਂ ਕਿ ਲੋਹਾ ਖੰਭ ਨੂੰ ਵੀ ਨਹੀਂ ਚੁੱਕ ਸਕਦਾ ਜਦੋਂ ਅਬ ਚੇਤਨ ਜਾਗ ਪੈਂਦਾ ਤਾਂ ਵਿਗਿਆਨੀਆਂ ਨੂੰ ਫਾਰਮੂਲੇ ਤੇ ਚਿੰਤਕਾਂ ਨੂੰ ਸਿਧਾਂਤ ਸੁਝਦੇ ਹਨ ਗੁਰੂਆਂ ਨੂੰ ਬਾਣੀ ਉਤਰਦੀ ਹੈ ਤੇ ॠषि वेद रचਦੇ ਹਨ ਕਵੀ ਮਹਾਕਾਵ ਲਿਖਦੇ ਹਨ ਤੁਹਾਨੂੰ ਵੀ ਕਦੇ ਚਿਰਾਂ ਦੀ ਭੁੱਲੀ ਚੀਜ਼ ਅਚਾਨਕ ਯਾਦ ਆਈ ਹੋਵੇਗੀ ਕਿਸੇ ਸਮੱਸਿਆ ਦਾ ਹੱਲ ਕਿਸੇ ਸਮੱਸਿਆ ਦਾ ਹੱਲ ਆਪ ਮੁਹਾਰੇ ਸੁਝਿਆ ਹੋਏਗਾ ਮਾਨੇ ਹਾਮੀ ਭਰ ਦਿੱਤੀ ਹੋਏਗੀ ਕਿ ਸਫਲਤਾ ਮਿਲੇਗੀ ਅੰਦਰੋਂ ਆਵਾਜ਼ ਆਈ ਹੋਏਗੀ ਕਿ ਸੱਚ ਬੋਲਣਾ ਹੈ ਇਹ ਅਵਚੇਤਨ ਦੀਆਂ ਕਰਾਮਾਤਾਂ ਹਨ ਜਿਹੜੇ ਪਰਮਾਤਮਾ ਦੇ ਦੀਦਾਰ ਹੋਣ ਦੀਆਂ ਗੱਲਾਂ ਕਰਦੇ ਹਨ ਉਹਨਾਂ ਨੇ ਰੱਬ ਨੂੰ ਅਵਚੇਤਨ ਦੀਆਂ ਅੱਖਾਂ ਨਾਲ ਵੇਖਿਆ ਹੋਏਗਾ ਅਵਚੇਤਨ ਦੀ ਸ਼ਕਤੀ ਵਰਤੋਗੇ ਸਹੀ ਉੱਤਰ ਮਿਲੇਗਾ ਸਹੀ ਉੱਤਰ ਅਨੁਸਾਰ ਅਮਲ ਕਰਨਾ ਸੌਖਾ ਹੋਏਗਾ ਸ਼ਕਤੀ ਵਿਅਰਥ ਨਹੀਂ ਜਾਏਗੀ ਧਿਆਨ ਨਹੀਂ ਖਿੰਡੇਗਾ ਇਹੀ ਕਾਰਨ ਹੈ ਕਿ ਕੁਝ ਲੋਕ ਆਪਣੇ ਨਿਸ਼ਾਨੇ ਸੌਖੇ ਹੀ ਪ੍ਰਾਪਤ ਕਰ ਲੈਂਦੇ ਹੈ। ਕਈ ਮੁੜਮੁੜਾ ਸਫਲ ਹੁੰਦੇ ਰਹਿੰਦੇ ਹੈ। ਇੱਕ ਪੁੱਤਰ ਨੂੰ ਸ਼ਿਕਾਇਤ ਸੀ ਕਿ ਉਹਦੇ ਪਿਤਾ ਨੇ ਉਹਨੂੰ ਸਹੀ ਢੰਗ ਨਾਲ ਨਹੀਂ ਸਮਝਿਆ। ਇੱਕ ਦਿਨ ਅਬ ਚੇਤਨ ਤੋਂ ਅਚਾਨਕ ਉਹਨੂੰ ਖਿਆਲ ਆਇਆ ਕਿ ਮੈਂ ਹੀ ਆਪਣੇ ਪਿਤਾ ਨੂੰ ਸਹੀ ਢੰਗ ਨਾਲ ਨਹੀਂ ਸਮਝਿਆ। ਉਸੇ ਪਲ ਉਹਦਾ ਆਪਣੇ ਪਿਤਾ ਪ੍ਰਤੀ ਦ੍ਰਿਸ਼ਟੀਕੋਣ ਬਦਲ ਗਿਆ। ਜਦੋਂ ਮਨੁੱਖ ਕਹਿੰਦਾ ਹੈ ਕਿ ਉਹਦੀਆਂ ਅਰਦਾਸਾਂ ਨਹੀਂ ਮੰਨੀਆਂ ਗਈਆਂ। ਉਹ ਕਦੇ ਨਹੀਂ ਸੋਚਦਾ ਕਿ ਉਹਦੀਆਂ ਅਰਦਾਸਾਂ ਗਲਤ ਤੇ ਨਾ ਵਾਜਬ ਸਨ। ਤਿੰਨ ਧੀਆਂ ਦੀ ਕਮਾਨੇ ਅਰਦਾਸ ਕੀਤੀ ਕਿ ਦਰਾਣੀ ਦੇ ਵੀ ਲੜਕੀ ਹੋਵੇ ਲੜਕਾ ਹੋਇਆ ਦੂਜੀ ਵਾਰ ਟੂਨੇ ਵੀ ਕਰਵਾਏ ਫਿਰ ਲੜਕਾ ਹੋਇਆ ਉਹਦੀ ਅਰਦਾਸ 'ਚ ਨੁਕਸੇ ਸੀ ਕਿ ਇਹ ਉਹਦੇ ਆਪਣੇ ਭਲੇ ਲਈ ਨਹੀਂ ਸੀ ਤੇ ਕਿਸੇ ਦੇ ਨੁਕਸਾਨ ਲਈ ਸੀ ਅਸੀਂ ਵੇਖਦੇ ਹਾਂ ਕਈ ਵਾਰ ਘੱਟ ਵਸੀਲਿਆਂ ਵਾਲਾ ਪ੍ਰਾਪਰ ਸੰਨ ਹੁੰਦਾ ਜਦ ਕਿ ਵਧੇਰੇ ਵਸੀਲਿਆਂ ਵਾਲਾ ਦੁਖੀ ਹੁੰਦਾ ਹੈ ਕਿਸੇ ਦਾ ਪਹਿਲਾ ਹੀ ਵਿਆਹ ਸਫਲ ਹੁੰਦਾ ਹੈ ਕਿਸੇ ਦੇ ਦੋ ਟੁੱਟ ਜਾਂਦੇ ਹੈ ਦੂਜਿਆਂ ਦਾ ਨੁਕਸਾਨ ਚਾਉਣ ਵਾਲਾ ਮੁਸ਼ਕਲ 'ਚ ਘਿਰਿਆ ਹੁੰਦਾ ਹੈ ਉਹ ਸਹੀ ਢੰਗ ਨਾਲ ਸੋਚ ਨਹੀਂ ਸਕਦਾ ਉਹਦੀ ਸਮਝਣ ਸੋਚਣ ਤੇ ਕਰਨ ਦੀ ਸ਼ਕਤੀ ਖੀਨ ਹੋ ਜਾਂਦੀ ਹੈ ਉਹ ਆਪਣੀ ਅੰਦਰਲੀ ਸ਼ਕਤੀ ਨੂੰ ਜਾਗਣ ਹੀ ਨਹੀਂ ਦਿੰਦਾ ਉਹ ਆਪਣੇ ਮਨ ਦੀ ਆਵਾਜ਼ ਸੁਣਦਾ ਹੀ ਨਹੀਂ ਜਦ ਕਿ ਮਨ ਚ ਬੁੱਧੀ ਤੇ ਸਿਆਣਪ ਹਾਜ਼ਰ ਹੁੰਦੀ ਹੈ ਸਾਡੇ ਪੂਰਵਜਾਂ ਦੀਆਂ ਸਾਰੀਆਂ ਯਾਦਾਂ ਸਿਆਣਪਾਂ ਤੇ ਅਨੁਭਵ ਸਾਡੇ ਅਵਚੇਤਨ ਚ ਹਾਜ਼ਰ ਹੁੰਦੇ ਹਨ ਅਵਚੇਤਨ ਦਿੱਸਾ ਨਹੀਂ ਜਿਸ ਕਾਰਨ ਅਸੀਂ ਇਹਦਾ ਮਹੱਤਵ ਹੀ ਨਹੀਂ ਸਮਝ ਸਰਦੇ ਮਹੱਤਵ ਵੀ ਨਹੀਂ ਸਮਝਦੇ ਇਸ ਕਾਰਨ ਇਹਨੂੰ ਸਮਝਣਾ ਸਮਝਾਉਣਾ ਸੌਖਾ ਨਹੀਂ ਹੁੰਦਾ ਆਪਣਾ ਅਵਚੇਤਨ ਨਾ ਵਰਤਨ ਦੀ ਸਾਡੀ ਆਦਤ ਇੰਨੀ ਪੱਕੀ ਹੋ ਜਾਂਦੀ ਹੈ ਕਿ ਬਹੁਤੇ ਇਹਦੀ ਹੋਂਦ ਤੋਂ ਹੀ ਮੁਨਕਰ ਹੋ ਜਾਂਦੀ ਹੈ ਅਵਚੇਤਨ ਦੀ ਜਿਹੜੀ ਸ਼ਕਤੀ ਜਗਾਉਗੇ ਉਹ ਜਾਗੇਗੀ ਨਾਚ ਨਰਤਕੀ ਦੇ ਅੰਦਰ ਹੁੰਦਾ ਹੈ ਜਿਹਨੂੰ ਅਵਚੇਤਨ ਉਹਦੇ ਅੰਗਾਂ ਰਾਹੀਂ ਪ੍ਰਗਟ ਕਰਦਾ ਹੈ ਮੂਰਤੀਕਾਰ ਆਪਣੇ ਅਵਚੇਤਨ ਨਾਲ ਪੱਥਰ ਵਿੱਚੋਂ ਮੂਰਤੀ ਵੇਖ ਲੈਂਦਾ ਉਹ ਵਾਧੂ ਪੱਥਰ ਲਾ ਦਿੰਦਾ ਹੈ ਮੂਰਤੀ ਸਾਕਾਰ ਹੋ ਜਾਂਦੀ ਹੈ ਅਬ ਚੇਤਨ ਨੂੰ ਕਿਵੇਂ ਜਗਾਇਆ ਜਾ ਸਕਦਾ ਹੈ ਅਬ ਚੇਤਨ ਦੀ ਸ਼ਕਤੀ ਕਿਵੇਂ ਉਪਜਦੀ ਹੈ ਅਬ ਚੇਤਨ ਨੂੰ ਕੋਈ ਕਿਵੇਂ ਵਰਤ ਸਕਦਾ ਦਿਨ ਦਾ ਕੁਝ ਭਾਗ ਇਕੱਲਿਆਂ گزارੋ ਇਕੱਲਿਆਂ ਸੈਰ ਕਰੋ ਦਰਖਤ ਥੱਲੇ ਇਕੱਲਿਆਂ ਬੈਠੋ ਆਪਣਾ ਵੱਖਰਾ ਨਿਤਨੇਮ ਬਣਾਓ ਜਿਹੜਾ ਤੁਹਾਡਾ ਨਿਤਨੇਮ ਹੋਵੇ ਕਿਸੇ ਦਾ ਦਖਲ ਨਾ ਹੋਵੇ ਆਪਣਾ ਕੰਮ ਮੁਕਤ ਮਨ ਨਾਲ ਕੀਤਾ ਜਾ ਸਕਦਾ ਹੋਵੇ ਚਿੰਤਕਾਂ ਵਿਗਿਆਨਕਾਂ ਕਵੀਆਂ ਕਲਾਕਾਰਾਂ ਨੂੰ ਇਸ ਕਰਕੇ ਇਕਾਂਤ ਜੀਵਨ ਜਿਉਣ ਦੀ ਆਦਤ ਹੁੰਦੀ ਹੈ ਅਸੀਂ ਬਹੁਤਾ ਜੀਵਨ ਭੀੜ ਤੇ ਸ਼ੋਰ ਸ਼ਰਾਬੇ ਚ گزارਨ ਕਰਕੇ ਆਪਣੇ ਅਵਚੇਤਨ ਨੂੰ ਕੁਚਲਦੇ ਰਹਿੰਦੇ ਹਾਂ ਜੇ ਕਮ ਔਖਾ ਹੋਵੇ ਮਨ ਸ਼ਾਂਤ ਮਨ ਨਾਲ ਕਰੋ ਸੌਖਾ ਹੋ ਜਾਏਗਾ ਆਪਣੀਆਂ ਸਮੱਸਿਆਵਾਂ ਮਾ ਅਵਚੇਤਨ ਨੂੰ ਸੰਭਾਲ ਦਿਓ ਜਿਹੜੀ ਚਾਬੀ ਨਹੀਂ ਲੱਭ ਰਹੀ ਸੁਪਨੇ ਚ ਦਿਖ ਜਾਏਗੀ ਕਵੀ ਨੂੰ ਕਵਿਤਾ ਦਾ ਸਿਰਲੇਖ ਨਹੀਂ ਸੁਝ ਰਿਹਾ ਅਵਚੇਤਨ ਸੁਝਾ ਦੇਗਾ ਬਹੁਤੀਆਂ ਕਾਡਾਂ ਉਪਚੇਤਨ ਦੀਆਂ ਸੁਝਾਈਆਂ ਹੁੰਦੀਆਂ ਹਨ ਅਵਚੇਤਨ ਦੀ ਸ਼ਕਤੀ ਜਾਗਣ ਨਾਲ ਸਵੈ ਵਿਸ਼ਵਾਸ ਵਧ ਜਾਏਗਾ ਸੇਤ ਠੀਕ ਹੋ ਜਾਏਗੀ ਟੁੱਟਿਆ ਦਿਲ ਕਵੀ ਹੋ ਨਿਭੜੇਗਾ ਇੱਕ ਲੜਕੇ ਨੂੰ ਸਕੂਲ ਨਾਲ ਨਫ਼ਰਤ ਸੀ ਲੱਤ ਟੁੱਟ ਗਈ ਸਕੂਲ ਜਾਣ ਤੋਂ ਬਚਣ ਵਾਸਤੇ ਤੋੜ ਲਈ ਘਰ ਰਹਿਣਾ ਪਿਆ ਆਪਣੇ ਕਮਰੇ ਦੀ ਬਾਰੀ ਚ ਆਪਣੇ ਜਮਾਤ ਦੇ ਵਿਦਿਆਰਥੀਆਂ ਨੂੰ ਖੁਸ਼ੀ ਖੁਸ਼ੀ ਲੰਘਦੇ ਆਂ ਵੇਖਦਾ ਸੀ ਜਿਹੜਾ ਸਕੂਲ ਜਿਹੜੀ ਪੜਾਈ ਚੰਗੀ ਨਹੀਂ ਸੀ ਲੱਗਦੀ ਚੰਗੀ ਲੱਗਣ ਲੱਗ ਪਈ ਸਕੂਲ ਜਾਣ ਦੀ ਤੰਗ ਜਾਗੀ ਸਕੂਲ ਪ੍ਰਤੀ ਵਿਰੋਧ ਮੁੱਕ ਗਿਆ ਉਹ ਜਲਦੀ ਠੀਕ ਹੋ ਗਿਆ ਉਹ ਚੇਤਨ ਮਨ ਨਾਲ ਜ਼ਿੱਦ ਕਰਕੇ ਪੜਾਈ ਦਾ ਵਿਰੋਧ ਕਰਦਾ ਸੀ ਅਬ ਚੇਤਨ ਨੇ ਜ਼ਿੱਦ ਤੋੜ ਦਿੱਤੀ ਰੁਕਿਆ ਹੋਇਆ ਦਰਿਆ ਵਗਣ ਲੱਗ ਪਿਆ ਅਬ ਚੇਤਨ ਛਰੇਕ ਸਮੱਸਿਆ ਦਾ ਹੱਲ ਹਾਜ਼ਰ ਹੁੰਦਾ ਹੈ ਘਟਨਾ ਇੱਕ ਹੀ ਹੁੰਦੀ ਹੈ ਪਰ ਕਿਸੇ ਦਾ ਪ੍ਰਤੀਕਰਮ ਵੱਖਰਾ ਹੁੰਦਾ ਹੈ ਵੱਖਰੇਵੇਂ ਦੇ ਕਾਰਨ ਸਾਡੇ ਅਬਚੇਤਨ ਵਿੱਚ ਵੱਖਰੇਵੇਂ ਦੇ ਕਾਰਨ ਸਾਡੇ ਅਵਚੇਤਨ ਚ ਪਏ ਹਨ ਇਸਤਰੀ ਹੋਰ ਤਰ੍ਹਾਂ ਸੋਚਦੀ ਹੈ ਪੁਰਸ਼ ਹੋਰ ਤਰ੍ਹਾਂ ਗਰੀਬ ਤੇ ਅਮੀਰ ਦੀ ਵੱਖਰੀ ਸੋਚ ਦਾ ਕਾਰਨ ਉਹਨਾਂ ਦੀ ਆਰਥਿਕ ਨਾ ਬਰਾਬਰੀ ਹੁੰਦਾ ਹੈ ਜੋ ਕੁਝ ਅਵਚੇਤਨ ਚ ਬੀਜਿਆ ਗਿਆ ਹੁੰਦਾ ਉਹ ਚੇਤਨ ਵਿੱਚ ਪ੍ਰਗਟ ਹੁੰਦਾ ਹੈ ਸਾਡੇ ਸਰੀਰ ਤੇ ਜੀਵਨ ਦੀ ਹਰੀ ਖਾਲਤ ਕਿਸੇ ਕਾਰਜ ਜਾਂ ਵਿਚਾਰ ਦਾ ਪ੍ਰਤੀਕਰਮ ਹੁੰਦੀ ਹੈ ਸਾਹ ਲੈਣ ਭੋਜਨ ਹਜ਼ਮ ਕਰਨ ਖੂਨ ਦਾ ਦੌਰਾ ਸਹੀ ਬਣਾਈ ਰੱਖਣ ਆਦ ਕਾਰਜ ਸਾਡਾ ਉਚੇਤਨ ਕਰਦਾ ਹੈ ਇਹਨਾਂ ਕਾਰਜਾਂ 'ਚ ਸਾਡੇ ਦਿਮਾਗ ਦਾ ਕੋਈ ਦਖਲ ਨਹੀਂ ਹੁੰਦਾ ਅਵਚੇਤਨ ਸਾਡੀ ਸੋਚ ਪ੍ਰਕਿਰਿਆ ਨੂੰ ਚੰਗੀ ਮਾੜੀ ਨਹੀਂ ਦੱਸਦਾ ਇਹ ਸਾਡੀ ਸੋਚ ਦੇ ਸੁਭਾਅ ਅਨੁਸਾਰ ਹੱਲ ਦੱਸਦਾ ਹੈ ਤੁਸੀਂ ਕੋਈ ਕੰਮ ਨਹੀਂ ਕਰਨਾ ਚਾਹੁੰਦੇ ਅਵਚੇਤਨ ਨਾ ਕਰਨ ਦੇ ਤਰਕ ਉਸਾਰ ਦੇਗਾ ਜੇ ਤੁਸੀਂ ਕਿਧਰੇ ਜਾਣਾ ਚਾਹੁੰਦੇ ਅਵਚੇਤਨ ਜਾਣ ਦੀਆਂ ਦਲੀਲਾਂ ਉਜਾ ਦੇਗਾ ਜਦੋਂ ਤੁਸੀਂ ਕੋਈ ਉੱਚਾ ਪਹਾੜ ਇਮਾਰਤ ਦਰਬਾਰ ਸਾਹਿਬ ਤਾਜ ਮਹਿਲ ਜਾਂ ਨਿਆਗਰਾ ਫਾਲਸ ਵੇਖੋਗੇ ਅਵਚੇਤਨ ਇਹਨਾਂ ਦੇ ਪ੍ਰਭਾਵ ਹਮੇਸ਼ਾ ਲਈ ਸਾਥ ਲਏਗਾ ਤੇ ਲੋੜ ਵੇਲੇ ਪ੍ਰਗਟ ਆਏਗਾ। ਅਬ ਚੇਤਨ ਸਿਆਣਪਾਂ ਤੇ ਅਨੁਭਵਾਂ ਦਾ ਭੰਡਾਰ ਹੈ। ਇਸੇ ਲਈ ਇਹਨੂੰ ਆਤਮਾ ਵੀ ਕਹਿੰਦੇ ਹਨ। ਇਹ ਬੈਸ ਨਹੀਂ ਕਰਦਾ, ਮੁਸ਼ਕਲਾਂ ਨਹੀਂ ਸਿਰਜਦਾ। ਇਹ ਜੀਵਨ ਸ਼ਕਤੀ ਹੈ ਜਿਹੜੀ ਸਾਡੇ ਸਰੀਰ ਦੀਆਂ ਕਿਰਿਆਵਾਂ ਨੂੰ ਨਿਰਵਿਘਨ ਚਲਾਉਂਦੀ ਹੈ ਤੇ ਰੁਕਾਵਟਾਂ ਦੂਰ ਕਰਦੀ ਹੈ। ਸਮਝਿਆ ਜਾਂਦਾ ਹੈ ਕਿ ਨੀਂਦਰ ਨਾਲ ਥਕਾਵਟ ਦੂਰ ਹੁੰਦੀ ਹੈ ਪਰ ਜਦੋਂ ਅਸੀਂ ਸੁੱਤੇ ਹੁੰਦੇ ਹਾਂ ਤਾਂ ਦਿਲ ਧੜਕਦਾ ਰਹਿੰਦਾ ਹੈ ਫੇਫੜੇ ਨਿਰੰਤਰ ਕਾਰਜ ਕਰਦੇ ਰਹਿੰਦੇ ਹਨ ਮੇਦਾ ਭੋਜਨ ਹਜ਼ਮ ਕਰਦਾ ਰਹਿੰਦਾ ਹੈ ਦਿਮਾਗ ਕਾਰਜਸ਼ੀਲ ਰਹਿੰਦਾ ਹੈ ਨੌ ਤੇ ਵਾਲ ਵੱਧਦੇ ਰਹਿੰਦੇ ਐ ਅੱਖਾਂ ਨੱਕ ਕੰਨ ਆਦ ਕਾਰਜ ਕਰਦੇ ਰਹਿੰਦੇ ਐ ਸੌਣ ਦੌਰਾਨ ਕਈ ਸੁੱਤੀਆਂ ਹੋਈਆਂ ਗ੍ਰੰਥੀਆਂ ਜਾ ਕੇ ਰਿਸਣ ਲੱਗ ਪੈਂਦੀਆਂ ਐ ਇਹ ਰਾਤ ਦੇ ਹਨੇਰੇ 'ਚ ਲੇਟੀਆਂ ਹੀ ਰਸਤੀਆਂ ਹਨ ਜਿਸ ਕਾਰਨ ਅਸੀਂ ਥਕਾਵਟ ਤੋਂ ਆਰਾਮ ਮਹਿਸੂਸ ਕਰਦੇ ਹਾਂ ਨੀਂਦਰ ਦੌਰਾਨ ਅਵਚੇਤਨ ਚੇਤਨਮੰਦ ਦੇ ਅੱਗੇ ਹੋ ਜਾਂਦਾ ਹੈ ਜਦ ਕਿ ਜਾਗਦਿਆਂ ਚੇਤਨਮੰਦ ਦੇ ਪਿੱਛੇ ਰਹਿੰਦਾ ਹੈ ਸੁਪਨਿਆਂ ਚ ਅਵਚੇਤਨ ਪੂਰੀ ਤਰ੍ਹਾਂ ਕਾਰਜਸ਼ੀਲ ਰਹਿੰਦਾ ਹੈ ਸੁਪਨੇ ਸਾਡੀ ਥਕਾਵਟ ਲਾਉਂਦੇ ਹਨ ਇਹ ਡਰ ਦੂਰ ਕਰਦੇ ਹਨ ਆਸ ਬਣਾਈ ਰੱਖਦੇ ਹਨ ਸੁਪਨਿਆਂ ਨਾਲ ਜੀਵਨ ਦਾ ਸੰਤੁਲਨ ਬਣਿਆ ਰਹਿੰਦਾ ਹੈ ਸਾਡਾ ਅਵਚੇਤਨ ਦੱਸ ਦਿੰਦਾ ਹੈ ਕਿ ਕੋਈ ਸਮੱਸਿਆ ਕਿਵੇਂ ਹੱਲ ਹੋਏਗੀ ਇਹ ਵਿਛੜਿਆਂ ਨੂੰ ਮਿਲਾ ਦਿੰਦਾ ਹੈ ਇੱਕ ਵਿਅਕਤੀ ਨੂੰ ਅਧਰੰਗ ਹੋਇਆ ਹੋਇਆ ਸੀ ਉਹਨੂੰ ਸੁਪਨੇ 'ਚ ਦਿਸਿਆ ਕਿ ਉਹ ਟੈਲੀਫੋਨ ਸੁਣ ਰਿਹਾ ਹੈ ਚਿੱਠੀ ਲਿਖ ਰਿਹਾ ਹੈ ਭੋਜਨ ਆਪ ਖਾ ਰਿਹਾ ਹੈ ਉਹਨੇ ਫੈਸਲਾ ਕੀਤਾ ਕਿ ਟੈਲੀਫੋਨ ਆਪ ਉੱਠ ਕੇ ਸੁਣਨਾ ਹੈ ਆਪਣੇ ਕੱਪੜੇ ਆਪ ਪਾਉਣੇ ਹਨ ਉਹਨੇ ਆਪਣੇ ਆਪ ਨੂੰ ਤੰਦਰੁਸਤ ਸਮਝਣਾ ਆਰੰਭ ਕੀਤਾ ਤੇ 1 ਸਾਲ 'ਚ ਪੂਰੀ ਤਰ੍ਹਾਂ ਤੰਦਰੁਸਤ ਹੋ ਗਿਆ ਚੇਤਨਮਾਨ ਦੀ ਉਪਜਾਈ ਮਾਨਸਿਕ ਰੁਕਾਵਟ ਕੁਝ ਕਰਨ ਨਹੀਂ ਸੀ ਦਿੰਦੀ ਰੁਕਾਵਟ ਦੂਰ ਹੋ ਗਈ ਸਭ ਕੁਝ ਕਰਨਾ ਸੰਭਵ ਹੋ ਗਿਆ ਯੂਰਪ ਦੇ ਇੱਕ ਸਕੂਲ ਚ ਲਾਤੀਨੀ ਭਾਸ਼ਾ ਪੜ੍ਹਨੀ ਲਾਜ਼ਮੀ ਸੀ ਪੁੱਤਰ ਨੇ ਪਿਤਾ ਨੂੰ ਕਿਹਾ ਔਖੀ ਐ ਨਹੀਂ ਪੜ੍ਹਨੀ ਉਹਨੇ ਸਕੂਲ ਜਾਣਾ ਛੱਡ ਦਿੱਤਾ ਪਿਤਾ ਨੇ ਕਿਹਾ ਫਿਰ ਤੂੰ ਮੇਰੇ ਨਾਲ ਖੇਤ ਚੱਲਿਆ ਕਰ ਖੇਤ ਜਾਣ ਲੱਗਿਆ ਚਿੱਕੜ ਨਾਲ ਲੱਤ-ਪੱਤ ਹੋ ਕੇ ਮੁੜਦਾ ਸੀ ਫਿਰ ਇੱਕ ਦਿਨ ਅਚਾਨਕ ਖਿਆਲ ਆਇਆ ਲਾਤੀਨੀ ਔਖੀ ਕਿਵੇਂ ਐ ਸੌਖੀ ਹੋ ਗਈ ਸੌਖੀ ਤਾਂ ਪਹਿਲਾਂ ਹੀ ਸੀ ਉਹਨੇ ਔਖੀ ਬਣਾਈ ਹੋਈ ਸੀ ਵਿਦਿਆਰਥੀਆਂ ਨੂੰ ਜਿਹੜੇ ਵਿਸ਼ੇ ਔਖੇ ਲੱਗਦੇ ਹਨ ਉਹਨਾਂ ਵਿਸ਼ਿਆਂ ਨੂੰ ਪੜਦੇ ਹੀ ਉਵੇਂ ਹਨ ਕਿ ਔਖੇ ਲੱਗਣ ਅਚਾਨਕ ਅਬਚੇਤਨ ਉਸ ਵਿਸ਼ੇ ਦੀ ਉਹ ਕੁੰਡੀ ਖੋਲ ਦਿੰਦਾ ਹੈ ਜਿਸ ਕਾਰਨ ਉਹ ਵਿਸ਼ਾ ਔਖਾ ਲੱਗਦਾ ਸੀ ਅੰਧ ਵਿਸ਼ਵਾਸਾਂ ਝਾੜਿਆਂ ਤੇ ਤਵੀਤਾਂ ਚ ਵੀ ਸ਼ਕਤੀ ਹੁੰਦੀ ਹੈ ਵਾਸਤਵ ਚ ਮਰੀਜ਼ ਜਾਂ ਸ਼ਰਧਾਲੂ ਨੂੰ ਅਬਚੇਤਨ ਆਦੇਸ਼ ਦਿੰਦਾ ਹੈ ਕਿ ਹੁਣ ਠੀਕ ਹੋਣਾ ਹੈ ਕਿਸੇ ਸਰੋਵਰ ਚ ਨਹਾਉਣ ਜਾਂ ਕਿਸੇ ਸਥਾਨ ਤੇ ਅਰਦਾਸ ਕਰਨ ਨਾਲ ਕੋਈ ਠੀਕ ਨਹੀਂ ਹੁੰਦਾ ਅਬਚੇਤਨ ਦੇ ਸੁਝਾਏ ਆਦੇਸ਼ ਜਾਂ ਇਸ ਵਿਸ਼ਵਾਸ ਨਾਲ ਠੀਕ ਹੁੰਦਾ ਹੈ ਕਿ ਹੁਣ ਬਿਮਾਰ ਨਹੀਂ ਰਹਿਣਾ ਦੀ ਦਾ ਵਿਆਕਰਣ ਹੁਣ ਠੀਕ ਹੋਣਾ ਹੈ। ਮਨੁੱਖ ਦੀ ਸਾਰੀ ਨਿਰਾਸ਼ਤਾ, ਅਸੰਤੁਸ਼ਟਤਾ ਆਦ ਚੇਤਨ ਪਦਰ ਦੀਆਂ ਅਪੂਰਤਿ ਛਾਵਾਂ ਕਾਰਨ ਹੁੰਦੀ ਹੈ। ਅਸੀਂ ਸਾੜੇ ਈਰਖਾ, ਗੁੱਸੇ ਤੇ ਨਿੰਦਾ ਨਾਲ ਆਪਣੇ ਆਪ ਨੂੰ ਜ਼ਖਮੀ ਕਰਦੇ ਰਹਿੰਦੇ ਆਂ। ਬਦਲੇ ਦੀ ਭਾਵਨਾ ਕਾਰਨ ਅਸੀਂ ਆਪਣੇ ਜ਼ਖਮਾਂ ਨੂੰ ਠੀਕ ਨਹੀਂ ਹੋਣ ਦਿੰਦੇ। ਚਮੜੀ ਤੇ ਮਿਹਦੇ ਦੀਆਂ ਬਹੁਤੀਆਂ ਬਿਮਾਰੀਆਂ ਸਾਡੀ ਸੋਚ ਵਿੱਚਲੇ ਜ਼ਹਿਰ ਤੇ ਸਾਡੇ ਮਨ ਵਿੱਚਲੇ ਵਿਰੋਧੀ ਵਿਚਾਰਾਂ ਕਾਰਨ ਉਪਜਦੀਆਂ ਹਨ। ਜੇ ਨਾੜਾਂ 'ਚ ਲਹੂ ਦੀ ਥਾਂ ਤੇਜਾਬ ਹੈ ਤੇ ਸਾਡੇ ਅੰਦਰਲੇ ਨੂੰ ਸਾੜੇਗਾ ਤਲਾਕ ਪਹਿਲਾ ਮਨ ਚ ਵਾਪਰਦਾ ਹੈ ਮੁਕੱਦਮਾ ਮਗਰੋਂ ਚਲਾਇਆ ਜਾਂਦਾ ਹੈ ਤਲਾਕ ਉਹਨਾਂ ਵਿਆਹਾਂ 'ਚ ਹੀ ਹੁੰਦੇ ਆ ਜਿੱਥੇ ਵਿਆਹ ਹੀ ਗਲਤ ਹੋਏ ਹੁੰਦੇ ਆ ਤਲਾਕ ਨੂੰ ਰੋਕਣ ਦਾ ਸਹੀ ਸਮਾਂ ਵਿਆਹ ਤੋਂ ਪਹਿਲਾਂ ਹੁੰਦਾ ਹੈ ਪਰੇਸ਼ਾਨੀਆਂ ਤੋੜ ਵਿਛੋੜੇ ਆਦ ਮਨ ਤੇ ਅਵਚੇਤਨ ਦੀ ਕਾਰਜ ਸ਼ੈਲੀ ਨਾ ਸਮਝਣ ਕਾਰਨ ਉਪਜਦੇ ਹਨ ਬਹੁਤੇ ਵਿਆਹ ਖੋਣ ਲੁੱਟਣ ਦੀ ਭਾਵਨਾ ਤੇ ਆਧਾਰਿਤ ਹੋਣ ਕਾਰਨ ਕੁਰਬਾਨੀ ਤੇ ਤਿਆਗ ਜੈ ਮਾਨਵੀ ਤੇ ਰੋਹਾਨੀ ਲੱਛਣਾਂ ਤੋਂ ਵਿਰਵੇ ਹੁੰਦੇ ਹਨ ਦਿਲ ਪਿਆਰ ਕਰਨਾ ਹੀ ਜਾਣਦਾ ਹੈ ਨਫ਼ਰਤ ਦਿਮਾਗ ਨਾਲ ਕੀਤੀ ਜਾਂਦੀ ਹੈ ਪਰਮਾਤਮਾ ਤੇ ਭੁਲੇਖਿਆਂ ਦਾ ਸਰੋਤ ਸਾਡੀ ਹੋਂਮੇ ਹੀ ਹੁੰਦੀ ਹੈ ਮਨੁੱਖ ਨੂੰ ਕਾਬੂ ਕਰਨ ਲਈ ਧਰਮ ਸਮਾਜ ਅਧਿਆਪਕ ਪੁਲਿਸ ਅਦਾਲਤਾਂ ਕਾਨੂੰਨ ਹਸਪਤਾਲ ਆਦਿ ਮਨੁੱਖ ਨੂੰ ਡਰਾ ਕੇ ਨਿਤਾਣਾ ਕਰਦੇ ਹਨ ਇਹ ਨਿਤਾਣਾਪਨੀ ਸਾਨੂੰ ਅਸਾਵੇਂ ਸਮਝੌਤੇ ਕਰਨ ਆਪਣੀ ਮਰਜ਼ੀ ਵਿਰੁੱਧ ਕਾਰਜ ਕਰਨ ਗੈਰਵਾਜਬ ਵਿਹਾਰ ਕਰਨ ਲਈ ਮਜਬੂਰ ਕਰਦਾ ਹੈ ਸਾਨੂੰ ਲੋੜ ਉਹਨਾਂ ਆਧਾਰਿਆਂ ਦੀ ਹੈ ਜਿਹੜੇ ਸਾਡੇ ਚ ਸਵੈ ਵਿਸ਼ਵਾਸ ਤੇ ਸਰਬੱਤ ਦੇ ਭਲੇ ਦੀ ਭਾਵਨਾ ਜਗਾਉਣ ਤੇ ਜਸਵੀ ਪਾਦਰੀਆਂ ਪੰਡਤਾਂ ਭਾਈਆਂ ਕੋਲ ਰੋਗੀਆਂ ਨੂੰ arogh ਕਰਨ ਦੀ ਸ਼ਕਤੀ ਦੱਸੀ ਜਾਂਦੀ ਹੈ ਅਸਲ ਚ ਪਾਦਰੀ ਜਾਂ ਭਾਈ ਇਹ ਰੋਗ ਹੋਣ ਦਾ ਵਿਸ਼ਵਾਸ ਜਗਾਉਂਦੇ ਹਨ ਇੱਕ ਇਸਤਰੀ ਦੀ ਆਵਾਜ਼ ਗੁਆਚ ਗਈ ਗੁਰਦੁਆਰੇ ਦੇ ਭਾਈ ਨੇ ਕਿਹਾ ਕੀਰਤਨ ਸੁਣਿਆ ਕਰੋ ਉਹ ਕੀਰਤਨ ਸੁਣਨ ਦੌਰਾਨ ਗਾਉਣ ਲੱਗ ਪਈ ਫਿਰ ਕੀਰਤਨ ਕਰਨ ਲੱਗ ਪਈ ਇੱਕ ਵਿਅਕਤੀ ਭੁੱਖ ਨਾ ਲੱਗਣ ਕਾਰਨ ਕਮਜ਼ੋਰ ਹੋ ਗਿਆ ਪੰਡਤ ਨੇ ਕਿਹਾ ਓਮਦਾ ਜਾਪ ਜਪਿਆ ਕਰੋ ਘੰਟਿਆਂ ਬਧੀ ਓਮ ਜਪਣ ਲੱਗ ਪਿਆ ਥਕਾਵਟ ਨਾਲ ਭੁੱਖ ਵੀ ਲੱਗਣ ਲੱਗ ਪਈ ਨੀਂਦਰ ਵੀ ਆਉਣ ਲੱਗ ਪਈ ਨੀਂਦਰ ਦੌਰਾਨ ਸਾਡਾ ਉਚੇਤਨ ਚੇਤਨ ਮਨ ਨਾਲ ਵਿੱਚ ਚੇਤਨ ਮਨ ਵਿੱਚ ਲੀਆਂ ਸਮੱਸਿਆਵਾਂ ਦਾ ਹੱਲ ਲੱਭਦਾ ਹੈ ਰੇਡੀਓ ਦੇ ਕਾਰਜ ਰੇਡੀਓ ਤੇ ਕਾਰਜ ਕਰਦੇ ਇੱਕ ਵਿਅਕਤੀ ਨੂੰ 3000 ਮੀਲ ਦੂਰ ਦੁੱਗਣੀ ਤਨਖਾਹ ਦੀ ਪੇਸ਼ਕਸ਼ ਮਿਲੀ ਉਹ ਜਾਣ ਨਾ ਜਾਣ ਦੀ ਦੁਚਿੱਤੀ 'ਚ ਸੀ ਸੋਚਦਾ ਸੌਂ ਗਿਆ ਸਵੇਰੇ ਮਨ ਨੇ ਨਾ ਜਾਣ ਦਾ ਫੈਸਲਾ ਸੁਣਾ ਦਿੱਤਾ ਉਹਨੇ ਪੇਸ਼ਕਸ਼ ਨੂੰ ਅਸਵੀਕਾਰ ਕਰ ਦਿੱਤਾ ਦੋ ਮਹੀਨੇ ਮਗਰੋਂ ਰੇਡੀਓ ਸਟੇਸ਼ਨ ਹੀ ਬੰਦ ਹੋ ਗਿਆ ਇੱਕ ਕਿਸ਼ਤੀ ਦੋ ਸਾਲ ਤੋਂ ਬੱਚਿਆਂ ਨਾਲ ਆਪਣੇ ਮਾਪਿਆਂ ਦੇ ਘਰ ਰਹਿ ਰਹੀ ਸੀ ਇੱਕ ਸਵੇਰ ਨੂੰ ਪਤੀ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਹੋਇਆ ਕਿ ਪਤਨੀ ਨਾਲ ਸਾਰੀਆਂ ਵਧਿੱਕੀਆਂ ਉਸਨੇ ਹੀ ਕੀਤੀਆਂ ਮਨ ਪਿਗਲ ਕੇ ਆਵਚੇਤਨ ਨੇ ਸੋਚ ਬਦਲ ਦਿੱਤੀ ਸਹੁਰਿਆਂ ਤੋਂ ਮਾਫੀ ਮੰਗੀ ਪਤਨੀ ਤੇ ਬੱਚਿਆਂ ਨੂੰ ਵਾਪਸ ਲੈ ਆਇਆ ਉਖੜਿਆ ਹੋਇਆ ਮਨ ਤੇ ਉਦਾਸਿਆ ਹੋਇਆ ਜੀਵਨ ਮੁੜ ਲੀਤੇ ਪੈ ਗਿਆ ਆਪਣੇ ਬਾਹਰਲੇ ਸੰਸਾਰ ਨੂੰ ਬਦਲਣ ਲਈ ਅੰਦਰਲੇ ਮਨ ਨੂੰ ਸੁਣਨਾ ਪਏਗਾ ਆਵਚੇਤਨ ਦੀ ਸ਼ਕਤੀ ਨੂੰ ਪਹਿਚਾਨਣ ਦੀ ਲੋੜ ਹੈ ਸ਼ਾਂਤ ਹੋਣਾ ਸਿੱਖੋ ਇਕਾਂਤ ਵਿੱਚ ਵਿਚਰਨਾ ਸਿੱਖੋ ਆਵਚੇਤਨ ਜਾਗੇਗਾ ਜਿਸ ਕਾਰਨ ਪਟਕਣ ਘਟੇਗੀ ਉਖੜਿਆ ਮਨ ਟਿਕ ਜਾਏਗਾ ਧੰਨਵਾਦ